ਸਾਰੇ ਮਸੀਹ ਭੈਣ ਭਾਈਆਂ ਨੂੰ ਬੱਚਿਆਂ ਬਜ਼ੁਰਗਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਜੈ ਮਸੀਹ ਦੀ। ਸੋ ਮੇਰੇ ਪਿਆਰਿਓ, ਅਸੀਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਪਰਮੇਸ਼ਰ ਦੇ ਪਵਿੱਤਰ ਬਚਨ ਦੇ ਵੱਲ ਚੱਲਾਂਗੇ। ਪਰਮੇਸ਼ਰ ਦਾ ਕਲਾਮ ਸਾਨੂੰ ਦੱਸਦਾ ਆ ਕਿ ਜੇਕਰ ਅਸੀਂ ਆਪਣੇ ਪ੍ਰਭੂ, ਆਪਣੀ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਪਹਿਲਾ ਸਥਾਨ ਦਿੰਦੇ ਹਾਂ, ਤਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਧੰਨ ਉਹ ਵਿਅਕਤੀ ਹੋਵੇਗਾ, ਧੰਨ ਉਹ ਮਨੁੱਖ ਹੋਵੇਗਾ ਜਿਸ ਦਾ ਭਰੋਸਾ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੇ ਉੱਤੇ ਹੈ। ਸੋ ਅਸੀਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਪਰਮੇਸ਼ਵਰ ਨੇ ਆਪਣੇ ਪੁੱਤਰ ਯਿਸੂ ਮਸੀਹ ਦੇ ਦੁਆਰਾ ਸਾਡੇ ਗੁਨਾਹਾਂ ਨੂੰ ਮਾਫ਼ ਕੀਤਾ ਹੈ, ਅਤੇ ਹੁਣ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰਕੇ ਪ੍ਰਭੂ ਯਿਸੂ ਮਸੀਹ ਦੇ ਮਾਰਗ ਉੱਤੇ, ਉਹਦੇ ਰਾਹ ਉੱਤੇ ਅਸੀਂ ਚੱਲਦੇ ਪਏ ਹਾਂ, ਜਿੱਦਾਂ ਕਿ ਵਚਨ ਸਾਨੂੰ ਸਿਖਾਉਂਦਾ ਆ। ਯੋਹੰਨਾ ਦੀ ਇੰਜੀਲ 14:6 ਵਚਨ ਦੇ ਵਿੱਚ ਇਹ ਲਿਖਿਆ ਹੈ ਕਿ ਯਿਸੂ ਮਸੀਹ ਨੇ ਕਿਹਾ, ਮਾਰਗ, ਸੱਤਿਆ ਔਰ ਜੀਵਨ ਮੈਂ ਹਾਂ, ਭਾਵ ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ, ਔਰ ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ, ਭਾਵ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਮੇਰੇ ਪਿਆਰਿਓ, ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੇ ਰਾਹ ਵਿੱਚ ਉਹਦੇ ਵਚਨ ਦੇ ਅਨੁਸਾਰ ਚੱਲਦੇ ਹਾਂ, ਔਰ ਮੈਂ ਇੱਥੇ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਉਹ ਵਿਅਕਤੀ ਧੰਨ ਹੋਵੇਗਾ ਜਿਸ ਦਾ ਭਰੋਸਾ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਉੱਤੇ ਹੈ, ਔਰ ਜੋ ਹਰ ਕੰਮ ਦੇ ਵਿੱਚ, ਆਪਣੀ ਸੋਚ ਦੇ ਵਿੱਚ ਔਰ ਆਪਣੀਆਂ ਗੱਲਾਂ ਦੇ ਵਿੱਚ, ਆਪਣੇ ਕੰਮਾਂ ਦੇ ਵਿੱਚ, ਆਪਣੇ ਬਾਹਰ ਅੰਦਰ ਆਉਣ ਜਾਣ ਵਿੱਚ, ਆਪਣੇ ਦੇਖਣ ਵਿੱਚ, ਆਪਣੇ ਹਰ ਇੱਕ ਪਹਿਲੂ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਯਿਸੂ ਮਸੀਹ ਨੂੰ ਜੋ ਪਹਿਲਾ ਸਥਾਨ ਦਿੰਦੇ ਹਨ, ਉਹ ਵਿਅਕਤੀ ਧੰਨ ਹੁੰਦੇ ਹਨ। ਸੋ ਮੇਰੇ ਪਿਆਰਿਓ, ਅਸੀਂ ਅੱਜ ਦੇ ਟੌਪਿਕ ਦੇ ਉੱਤੇ ਗੱਲ ਕਰਾਂਗੇ, ਜੋ ਟੌਪਿਕ ਇਹ ਹੈ ਕਿ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਹਰ ਕੰਮ ਦੇ ਵਿੱਚ ਪਹਿਲਾ ਸਥਾਨ ਦਈਏ, ਕਿ ਜੇਕਰ ਅਸੀਂ ਪਹਿਲਾ ਸਥਾਨ ਨਹੀਂ ਦਿੰਦੇ ਤਾਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਹੋਰਨਾਂ ਨਾਲੋਂ ਬਿਲਕੁਲ ਛੋਟਾ ਸਮਝਦੇ ਹਾਂ। ਔਰ ਜਦਕਿ ਸਾਨੂੰ ਬਾਈਬਲ ਇਹ ਨਹੀਂ ਸਿਖਾਉਂਦੀ, ਕਿਉਂਕਿ ਬਾਈਬਲ ਦੱਸਦੀ ਹੈ ਪਰਮੇਸ਼ੁਰ ਆਪਣੇ ਤੁੱਲ, ਆਪਣੇ ਸਨਮੁੱਖ ਕਿਸੇ ਹੋਰ ਨੂੰ ਕਬੂਲ ਨਹੀਂ ਕਰਦਾ, ਕਿਉਂਕਿ ਬਾਈਬਲ ਦੱਸਦੀ ਹੈ, ਜਦੋਂ ਅਸੀਂ ਕੁਝ ਦੀ ਕਿਤਾਬ 20 ਅਧਿਆਇ ਦੇ ਵਿੱਚ ਪੜ੍ਹਦੇ ਹਾਂ, 10 ਹੁਕਮਾਂ ਦੇ ਵਿੱਚ ਲਿਖਿਆ ਕਿ ਪਰਮੇਸ਼ੁਰ ਦੇ ਸਨਮੁੱਖ ਕੋਈ ਵੀ ਦੂਸਰੇ ਨਹੀਂ ਹੋਣੇ ਚਾਹੀਦੇ। ਸੋ ਇਸ ਕਰਕੇ ਬਾਈਬਲ ਇਹ ਵੀ ਸਾਨੂੰ ਕਹਿੰਦੀ ਆ ਕਿ ਸਾਡਾ ਮੁਕਤੀਦਾਤਾ ਜਿਹੜਾ ਪ੍ਰਭੂ ਯਿਸੂ ਮਸੀਹ ਆ, ਉਹ ਕਹਿੰਦਾ ਆ ਕਿ ਜੋ ਕੋਈ ਮੇਰੇ ਤੋਂ ਵੱਧ ਕਿਸੇ ਹੋਰ ਨੂੰ ਪਿਆਰ ਕਰਦਾ ਹੈ, ਉਹ ਮੇਰੇ ਯੋਗ ਨਹੀਂ ਹੈ। ਮੇਰੇ ਪਿਆਰਿਓ, ਅਸੀਂ ਬੇਸ਼ੱਕ ਸੰਸਾਰ ਦੇ ਵਿੱਚ ਰਹਿੰਦੇ ਹਾਂ, ਸੰਸਾਰਿਕ ਜੀਵਨ ਜੀਂਦੇ ਹਾਂ, ਸੰਸਾਰਿਕ ਰਿਸ਼ਤਿਆਂ ਦੇ ਵਿੱਚ ਉਲਝੇ ਹੋਏ ਹਾਂ, ਇਸ ਤੋਂ ਇੱਕ ਵੱਖਰਾ ਸਾਡਾ ਪਿਆਰ ਸਾਡੇ ਪ੍ਰਭੂ ਯਿਸੂ ਮਸੀਹ ਦਾ ਹੈ ਜੋ ਉਸਨੇ ਸਾਨੂੰ ਕੀਤਾ ਹੈ। ਆਪਣੇ ਜੀਵਨ ਦੇ ਵਿੱਚ ਅਗਰ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਪਹਿਲਾ ਸਥਾਨ ਨਹੀਂ ਦਿੰਦੇ ਤਾਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਯੋਗ ਨਹੀਂ ਹੁੰਦੇ। ਇੱਕ ਛੋਟੀ ਜਿਹੀ ਉਦਾਹਰਣ ਤੁਹਾਨੂੰ ਦੇਣੀ ਚਾਹੁੰਦਾ ਹਾਂ। ਬਾਈਬਲ ਦੇ ਵਿੱਚ ਲਿਖਿਆ ਕਿ ਇੱਕ ਵਾਰ ਦੀ ਗੱਲ ਹੈ, ਜਦੋਂ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਇੱਕ ਬੇੜੀ ਵਿੱਚ ਸਵਾਰ ਹੋ ਕੇ ਇੱਕ ਝੀਲ ਦੇ ਪਾਰ ਜਾ ਰਹੇ ਸੀ, ਔਰ ਅਚਾਨਕ ਉਸ ਸਮੁੰਦਰ ਦੇ ਵਿੱਚ, ਝੀਲ ਦੇ ਵਿੱਚ ਇੱਕ ਬਹੁਤ ਵੱਡਾ ਤੂਫਾਨ ਆ ਗਿਆ। ਆਪਾਂ ਸਾਰੇ ਉਸ ਵਚਨ ਨੂੰ ਪੜ੍ਹਿਆ ਅਤੇ ਸੁਣਿਆ ਹੈ, ਔਰ ਜਦੋਂ ਤੂਫਾਨ ਆਇਆ ਔਰ ਤੂਫਾਨ ਆਉਣ ਦੇ ਨਾਲ ਸਾਰੇ ਚੇਲੇ ਜਿੰਨੇ ਵੀ ਉੱਥੇ ਬੇੜੀ ਦੇ ਵਿੱਚ ਸਵਾਰ ਸੀ, ਉਹ ਸਾਰੇ ਡਰ ਗਏ ਸੀ ਔਰ ਸਾਰੇ ਰੋ ਰਹੇ ਸੀ, ਚੀਖ ਰਹੇ ਸੀ, ਔਰ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਹੁਣ ਡੁੱਬ ਜਾਵਾਂਗੇ, ਕਿਉਂਕਿ ਬੇੜੀ ਬਹੁਤ ਜ਼ਿਆਦਾ ਡੋਲ ਰਹੀ ਆ ਔਰ ਉਸ ਵਿੱਚ ਪਾਣੀ ਭਰ ਗਿਆ ਹੈ, ਤੂਫਾਨ ਬਹੁਤ ਤੇਜ਼ ਹੈ, ਤੂਫਾਨ ਨੇ ਪਾਣੀ ਦੀਆਂ ਲਹਿਰਾਂ ਬੜੀਆਂ ਤੇਜ਼ ਹੋ ਰਹੀਆਂ ਨੇ ਔਰ ਉਹ ਬੇੜੀ ਨਾਲ ਟਕਰਾ ਰਹੀਆਂ ਨੇ, ਜਿਹਦੇ ਨਾਲ ਬੇੜੀ ਡਗਮਗਾ ਰਹੀ ਆ। ਸੋ ਇਸ ਤਰ੍ਹਾਂ ਉਹ ਬਹੁਤ ਜ਼ਿਆਦਾ ਡਰ ਗਏ ਅਤੇ ਉਹ ਫਿਰ ਪਿੱਛੇ ਨੂੰ ਗਏ ਅਤੇ ਪ੍ਰਭੂ ਯਿਸੂ ਮਸੀਹ ਨੂੰ, ਜਿੱਥੇ ਉਹ ਬੇੜੀ ਦੇ ਪਿਛਲੇ ਪਾਸੇ, ਬਾਈਬਲ 'ਚ ਲਿਖਿਆ ਕਿ ਉਹ ਬੇੜੀ ਦੇ ਪਿਛਲੇ ਪਾਸੇ ਸੁੱਤੇ ਪਏ ਸੀ, ਔਰ ਜਦੋਂ ਉਹਨਾਂ ਨੂੰ ਉਠਾਇਆ ਅਤੇ ਆਖਿਆ, ਪ੍ਰਭੂ ਜੀ ਤੂੰ ਸੁੱਤਾ ਆ ਅਤੇ ਤੈਨੂੰ ਸਾਡੀ ਫਿਕਰ ਨਹੀਂ ਹੈ, ਅਸੀਂ ਡੁੱਬ ਚੱਲੇ ਹਾਂ, ਸਾਨੂੰ ਬਚਾ, ਅਤੇ ਉਸ ਵਕਤ ਪ੍ਰਭੂ ਯਿਸੂ ਮਸੀਹ ਬੇੜੀ ਵਿੱਚੋਂ ਉੱਠਦੇ ਹਨ, ਪਿਛਲੇ ਹਿੱਸੇ ਵਿੱਚੋਂ ਉੱਠਦੇ ਹਨ ਅਤੇ ਅੱਗੇ ਵੱਲ ਨੂੰ ਆਉਂਦੇ ਹਨ, ਔਰ ਜਿਵੇਂ ਹੀ ਉਹ ਅੱਗੇ ਵੱਲ ਆਉਂਦੇ ਹਨ ਉਹ ਤੂਫਾਨ ਨੂੰ ਝਿੜਕ ਦਿੰਦੇ ਹਨ, ਸਮੁੰਦਰ ਦੇ ਵਿੱਚ ਜਿੰਨਾ ਵੀ ਤੂਫਾਨ ਸੀ ਉਸਨੂੰ ਝਿੜਕ ਦਿੰਦੇ ਹਨ ਅਤੇ ਉਹ ਤੂਫਾਨ ਜਿਹੜਾ ਹੈ ਉਹ ਸ਼ਾਂਤ ਹੋ ਜਾਂਦਾ ਹੈ ਔਰ ਉਹ ਸਾਰੇ ਦਾ ਸਾਰਾ ਜਿਹੜਾ ਮਾਹੌਲ ਠੀਕ ਹੋ ਜਾਂਦਾ ਆ, ਕਿਉਂਕਿ ਤੂਫਾਨ, ਪਵਨ, ਪੌਣ, ਪਾਣੀ ਸਭ ਕੁਛ ਪ੍ਰਭੂ ਯਿਸੂ ਮਸੀਹ ਦੀ ਗੱਲ ਨੂੰ ਮੰਨਦੇ ਹਨ। ਇਹ ਕਿਉਂਕਿ ਯਿਸੂ ਮਸੀਹ ਹੀ ਉਸ ਸਭ ਦਾ ਮਾਲਕ ਆ, ਯਿਸੂ ਮਸੀਹ ਦੀ ਹਰ ਸ਼ੈ ਗੱਲ ਮੰਨਦੀ ਹੈ, ਕੋਈ ਵੀ ਐਸੀ ਸ਼ੈ ਨਹੀਂ ਹੈ ਜੋ ਯਿਸੂ ਮਸੀਹ ਦੀ ਗੱਲ ਨੂੰ ਟਾਲ ਦੇਵੇ। ਸੋ ਇਸ ਕਰਕੇ ਮੇਰੇ ਪਿਆਰਿਓ, ਅਸੀਂ ਜਾਣਦੇ ਹਾਂ ਕਿ ਜਦੋਂ ਯਿਸੂ ਮਸੀਹ ਅੱਗੇ ਵੱਲ ਨੂੰ ਆਉਂਦੇ ਹਨ ਅਤੇ ਆ ਕੇ ਤੂਫਾਨ ਨੂੰ ਡਾਂਟਦੇ ਹਨ, ਝਿੜਕਦੇ ਹਨ, ਆਖਦੇ ਹਨ ਥੰਮ ਜਾਓ, ਠਹਿਰ ਜਾਓ, ਅਤੇ ਉਸੇ ਵਕਤ ਵੱਡਾ ਚੈਨ ਉੱਥੇ ਹੋ ਜਾਂਦਾ ਆ ਔਰ ਫਿਰ ਉਹ ਚੇਲੇ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਹੁਣ ਅਸੀਂ ਬਚ ਜਾਵਾਂਗੇ। ਸੋ ਮੇਰੇ ਪਿਆਰਿਓ, ਇਸ ਤਰ੍ਹਾਂ ਪਰਮੇਸ਼ਵਰ ਉਸ ਝੀਲ ਵਿੱਚ, ਸਮੁੰਦਰ ਵਿੱਚ ਉੱਠੇ ਹੋਏ ਤੂਫਾਨ ਨੂੰ ਥੰਮ ਦਿੰਦੇ ਹਨ, ਰੋਕ ਦਿੰਦੇ ਹਨ ਅਤੇ ਉਹ ਸਾਰੇ ਸੁਰੱਖਿਅਤ ਹੋ ਜਾਂਦੇ ਹਨ। ਸੋ ਇਸ ਸਾਰੀ ਕਹਾਣੀ ਤੋਂ ਆਪਾਂ ਨੂੰ ਇੱਕ ਸਿੱਖਿਆ ਮਿਲਦੀ ਆ ਕਿ ਜੇਕਰ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਅੱਗੇ ਰੱਖਾਂਗੇ ਤਾਂ ਅਸੀਂ
ਜ਼ਰੂਰ ਸਫਲ ਹੋਵਾਂਗੇ ਅਤੇ ਸਾਡੀ ਬੇੜੀ ਨਹੀਂ ਡੁੱਬੇਗੀ, ਕਿਉਂਕਿ ਸਾਨੂੰ ਬੇੜੀ ਦਿਖਾਉਂਦੀ ਹੈ ਕਿ ਉਸ ਬੇੜੀ ਦੇ ਪਿਛਲੇ ਪਾਸੇ ਯਿਸੂ ਮਸੀਹ ਸੁੱਤੇ ਹੋਏ ਸੀ ਔਰ ਅਗਲੇ ਪਾਸੇ ਚੇਲੇ ਲੋਕ ਸੀਗੇ। ਸੋ ਇਸ ਕਰਕੇ ਜੇਕਰ ਮੈਂ ਸਮਝਦਾ ਹਾਂ ਕਿ ਜੇਕਰ ਉਹ ਚੇਲੇ ਜਿਹੜੇ ਆ ਯਿਸੂ ਮਸੀਹ ਨੂੰ ਪਹਿਲ ਦਿੰਦੇ, ਯਿਸੂ ਮਸੀਹ ਨੂੰ ਅੱਗੇ ਰੱਖਦੇ ਤਾਂ ਸ਼ਾਇਦ ਇਹ ਤੂਫਾਨ ਨਾ ਆਉਂਦਾ। ਸੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਹਰ ਕੰਮ ਦੇ ਵਿੱਚ ਇਸ ਕਹਾਣੀ ਤੋਂ ਸਿੱਖ ਸਕਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੂੰ ਅਸੀਂ ਆਪਣਾ ਪਹਿਲਾ ਸਥਾਨ ਦੇਣਾ ਹੈ। ਜਿਵੇਂ ਹੀ ਉਹ ਪਿੱਛੋਂ ਅੱਗੇ ਆਉਂਦੇ ਹਨ ਤੁਰੰਤ ਤੂਫਾਨ ਉੱਥੋਂ ਚਲਾ ਜਾਂਦਾ ਹੈ, ਤੂਫਾਨ ਉੱਥੋਂ ਸ਼ਾਂਤ ਹੋ ਜਾਂਦਾ ਆ। ਇਸੇ ਤਰ੍ਹਾਂ ਆਪਣੀ ਲਾਈਫ ਦੇ ਵਿੱਚ ਅਸੀਂ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਲ ਦੇਵਾਂਗੇ, ਜਦੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਲਾ ਸਥਾਨ ਦੇਵਾਂਗੇ ਸਾਡੀਆਂ ਸੋਚਾਂ ਦੇ ਵਿੱਚ, ਸਾਡੇ ਕੰਮਾਂ ਦੇ ਵਿੱਚ, ਸਾਡੇ ਖਾਣੇ ਪੀਣੇ ਦੇ ਵਿੱਚ, ਸਾਡੇ ਆਉਣ ਜਾਣ ਦੇ ਵਿੱਚ, ਸਾਡੇ ਰਿਸ਼ਤਿਆਂ ਦੇ ਵਿੱਚ, ਸਮਾਜ ਦੇ ਵਿੱਚ, ਸ਼ਹਿਰ ਦੇ ਵਿੱਚ, ਨਗਰ ਦੇ ਵਿੱਚ, ਹਰ ਜਗ੍ਹਾ ਜਦੋਂ ਅਸੀਂ ਪਹਿਲ ਦੇਵਾਂਗੇ ਤਾਂ ਜ਼ਰੂਰ ਅਸੀਂ ਪ੍ਰਭੂ ਦੇ ਨਾਮ ਦੇ ਵਿੱਚ ਆਸ਼ੀਸ਼ਮਈ ਹੋਵਾਂਗੇ, ਸਾਡੇ ਬੱਚੇ ਆਸ਼ੀਸ਼ ਹੋਣਗੇ, ਸਾਡਾ ਜੀਵਨ ਸਕਸੈਸ ਹੋਵੇਗਾ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਮੁਕਤੀਦਾਤਾ ਆਪਣੇ ਪ੍ਰਭੂ ਯਿਸੂ ਮਸੀਹ ਨੂੰ ਪਹਿਲਾ ਸਥਾਨ ਦੇਈਏ। ਸੋ ਮੇਰੇ ਪਿਆਰਿਓ, ਜਿੱਦਾਂ ਕਿ ਬਚਨ ਦੇ ਵਿੱਚ ਉੱਥੇ ਇਹ ਵੀ ਲਿਖਿਆ, ਜਦੋਂ ਅਸੀਂ ਮੱਤੀ ਦੀ ਇੰਜਿਲ 10 ਅਧਿਆਇ ਪੜ੍ਹਦੇ ਹਾਂ ਉਹਦੀ ਅਸੀਂ 34 ਆਇਤ ਤੋਂ ਪੜ੍ਹਦੇ ਹਾਂ, ਬਾਈਬਲ ਦੱਸਦੀ ਹੈ ਯਿਸੂ ਮਸੀਹ ਨੇ ਚੇਲਿਆਂ ਨੂੰ ਸਿੱਧਾ ਡਾਇਰੈਕਟ ਕਿਹਾ, ਕਹਿੰਦਾ ਤੁਸੀਂ ਇਹ ਨਾ ਸਮਝੋ ਕਿ ਮੈਂ ਇੱਥੇ ਮੇਲ ਕਰਾਉਣ ਆਇਆ ਹਾਂ, ਬਲਕਿ ਮੈਂ ਤਲਵਾਰ ਚਲਾਉਣ ਆਇਆ ਹਾਂ, ਕਿ ਲਿਖਿਆ ਕਿ ਮੈਂ ਰਿਸ਼ਤਿਆਂ ਨੂੰ ਅੱਡ ਕਰਨ ਵਾਸਤੇ ਆਇਆ ਹਾਂ। ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਮਨੁੱਖ ਨੂੰ ਸੰਸਾਰਿਕ ਥੋੜ੍ਹੇ ਸਮੇਂ ਦੇ ਰਿਸ਼ਤਿਆਂ 'ਚੋਂ ਵੱਖਰਾ ਕਰਕੇ ਪਰਮੇਸ਼ਵਰ ਦੇ ਨਾਲ ਇੱਕ ਹਮੇਸ਼ਾ ਦਾ ਰਿਸ਼ਤਾ ਕਾਇਮ ਮੈਂ ਕਰਾਂ, ਇਸ ਲਈ ਪ੍ਰਭੂ ਯਿਸੂ ਮਸੀਹ ਨੇ ਕਿਹਾ। ਬਹੁਤ ਸਾਰੇ ਲੋਕ ਜਦੋਂ ਇਸ ਕਲਾਮ ਨੂੰ ਪੜ੍ਹਦੇ ਹਨ ਲਿਖਿਆ ਕਿ ਇਹ ਨਾ ਸਮਝੋ ਭਾਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ, ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ, ਕਿਉਂ ਜੋ ਮੈਂ ਮਨੁੱਖ ਨੂੰ ਉਹਦੇ ਪਿਓ ਤੋਂ ਅਤੇ ਧੀ ਨੂੰ ਉਹਦੀ ਮਾਂ ਤੋਂ, ਨੂੰਹ ਨੂੰ ਉਹਦੀ ਸੱਸ ਤੋਂ ਅੱਡ ਕਰਨ ਆਇਆ ਹਾਂ। ਲਿਖਿਆ ਕਿ ਇਸ ਲਈ ਪਰਮੇਸ਼ਵਰ ਦਾ ਵਚਨ ਇੱਕ ਸਾਨੂੰ ਇਹ ਸਿਖਾਉਂਦਾ ਹੈ ਕਿ ਇੱਥੋਂ ਪਰਮੇਸ਼ਵਰ ਇਹਨਾਂ ਸੰਸਾਰਿਕ ਰਿਸ਼ਤਿਆਂ 'ਚੋਂ ਵੱਖਰਾ ਕਰਕੇ ਸਾਨੂੰ ਪਿਤਾ ਦੇ ਨਾਲ ਇੱਕ ਪੱਕਾ ਸਦੀਪਕ ਰਿਸ਼ਤਾ ਕਾਇਮ ਕਰਨਾ ਚਾਹੁੰਦਾ ਆ। ਉਹ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੀ ਹੋ ਸਕਦਾ ਹੈ, ਉਸ ਤੋਂ ਬਿਨਾਂ ਨਹੀਂ ਹੋ ਸਕਦਾ। ਅਕਸਰ ਅਸੀਂ ਦੇਖਦੇ ਹਾਂ ਕਿ ਅਸੀਂ ਸੰਸਾਰਿਕ ਰਿਸ਼ਤਿਆਂ ਦੇ ਵਿੱਚ ਇਹ ਮੇਰੀ ਮਾਤਾ, ਇਹ ਮੇਰਾ ਭਰਾ, ਇਹ ਮੇਰਾ ਰਿਸ਼ਤੇਦਾਰ, ਇਹ ਮੇਰਾ ਵੱਡਾ, ਇਹ ਛੋਟਾ, ਅਸੀਂ ਇਹਨਾਂ ਰਿਸ਼ਤਿਆਂ ਦੇ ਵਿੱਚ ਉਲਝ ਕੇ ਪਰਮੇਸ਼ਵਰ ਨੂੰ ਉਹ ਅਹਿਮੀਅਤ ਨਹੀਂ ਦਿੰਦੇ, ਉਹ ਪਹਿਲਾ ਸਥਾਨ ਨਹੀਂ ਦਿੰਦੇ, ਉਹ ਆਦਰ ਨਹੀਂ ਦਿੰਦੇ, ਪ੍ਰਭੂ ਯਿਸੂ ਮਸੀਹ ਨੂੰ ਆਦਰ ਨਹੀਂ ਦਿੰਦੇ, ਜਿਸ ਕਰਕੇ ਅਸੀਂ ਪਿਤਾ ਦੇ ਨਾਲ ਇੱਕ ਰਿਸ਼ਤਾ ਕਾਇਮ ਨਹੀਂ ਕਰ ਪਾਉਂਦੇ। ਇਸ ਲਈ ਮੇਰੇ ਪਿਆਰੇ ਯਿਸੂ ਮਸੀਹ ਨੇ ਕਿਹਾ ਕਿ ਇਸ ਲਈ ਮੈਂ ਤੁਹਾਨੂੰ ਇਹਨਾਂ ਤੋਂ ਅੱਡ ਕਰਦਾ ਤਾਂ ਕਿ ਪਿਤਾ ਦੇ ਨਾਲ ਤੁਹਾਡਾ ਇੱਕ ਵਧੀਆ ਹਮੇਸ਼ਾ ਦਾ ਰਿਸ਼ਤਾ ਕਾਇਮ ਹੋ ਜਾਵੇ। ਹਾਲੇਲੂਯਾ। ਸੋ ਮੇਰੇ ਪਿਆਰਿਓ, ਇਸ ਲਈ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਨੂੰ ਪਹਿਲਾ ਸਥਾਨ ਦਿਓ ਅਤੇ ਯਿਸੂ ਮਸੀਹ ਦੇ ਧੀਆਂ ਪੁੱਤਰ ਬਣ ਕੇ ਪਿਤਾ ਪਰਮੇਸ਼ਵਰ ਦੇ ਸਵਰਗ ਰਾਜ ਦੇ ਅਸੀਂ ਵਿੱਚ ਦਾਖਲ ਹੋਈਏ। ਹਾਲੇਲੂਯਾ। ਸੋ ਅੱਜ ਦਾ ਮੇਰਾ ਛੋਟਾ ਜਿਹਾ ਟੋਪਿਕ ਸੀ, ਪ੍ਰਭੂ ਇਹਨਾਂ ਵਚਨਾਂ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ। ਤੋ ਅਸੀਂ ਹਰ ਕੰਮ ਦੇ ਵਿੱਚ ਪਹਿਲਾ ਸਥਾਨ ਆਪਣੇ ਮੁਕਤੀਦਾਤਾ ਆਪਣੇ ਪ੍ਰਭੂ ਯਿਸੂ ਮਸੀਹ ਨੂੰ ਦੇਣਾ ਆ, ਤਾਂ ਕਿ ਉਹਦੀ ਦਇਆ ਸਾਡੇ ਉੱਤੇ ਅਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਹਮੇਸ਼ਾ ਬਣੀ ਰਹੇ। ਸੋ ਗੋਡ ਬਲੈਸ ਯੂ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਆਸ਼ੀਸ਼ ਅਤੇ ਬਰਕਤ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ।